ਤੁਹਾਡੇ ਕੋਲ ਸਟੱਡੀ ਹੈਗੀ ਆ, ਪਰ ਇੱਥੇ ਮਿਹਨਤ ਕਰਕੇ ਕੁਛ ਨਾਮ ਬਣਾਓ। ਅੱਜ ਮੈਂ ਨਾਮ ਬਣਾਇਆ ਤਾਂ ਉੱਥੇ ਰਿੰਗ ਦੇ ਵਿੱਚ ਮੇਰੇ ਕੋਲ ਅਦਰ ਸਟੇਟਾਂ ਦੇ ਨਾਲ ਫਾਰਮਰ ਸੀਗੇ ਮੇਰੇ, ਅਤੇ ਫੋਟੋਆਂ ਖਿਚਾਉਂਦੇ ਸੀ। ਜੇ ਮੈਂ ਉਹੀ 15-20 lakh ਮੈਂ ਕੈਨੇਡਾ ਚਲਾ ਜਾਂਦਾ, ਉੱਥੇ ਮੇਰੇ ਨਾਲ ਕਿੰਨੀ ਫੋਟੋਆਂ ਖਿਚਾਉਣੀਆਂ ਸੀ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇੱਕ ਵਾਰ ਫਿਰ ਆਏ ਹਾਂ ਗੁਰਵਿੰਦਰ ਡੈਰੀ ਫਾਰਮ ਹੋਰਾਂ 'ਤੇ। ਉਹ ਇਨਸਾਨ ਜਿਨ੍ਹਾਂ ਨੇ PDFA ਦੇ ਮੇਲੇ ਦੇ ਵਿੱਚ ਮੱਲਾਂ ਮਾਰ ਕੇ ਆਏ ਨੇ, ਔਰ ਐਵੇਂ ਇਹ ਬ੍ਰਾਂਡ ਨੇਗੇ। ਆਹ ਤੁਸੀਂ ਦੇਖ ਸਕਦੇ ਹੋ ਕਿ PDFA ਇੰਟਰਨੈਸ਼ਨਲ ਡੈਰੀ ਐਕਸਪੋ ਜਿਹੜਾ 3-4-5 ਨੂੰ ਹੋਇਆ, ਉਹਦੇ ਵਿੱਚ ਵੀਰ ਜੀ ਨਾਲ ਆਪਾਂ ਗੱਲ ਕਰਾਂਗੇ। ਵੀਰ ਜੀ, ਕਿਵੇਂ ਇੱਕ ਇਸ ਮਤਲਬ ਦਬਲੀ ਦੇ ਨਾਲ ਛੋਟੇ ਜਿਹੇ ਪਿੰਡ ਦਾ ਜਿਹੜਾ ਹੈਗਾ ਸਾਡਾ ਕਿਸਾਨ ਵੀਰ ਐਡੀ ਵਧੀਆ ਜਿਹੜੀ ਆ ਪਰਫੋਰਮੈਂਸ ਦੇਖਿਆ ਹੈ? ਪਹਿਲਾਂ ਗੱਲ ਤਾਂ ਮੈਂ ਦੱਸ ਦਿਆਂ, ਤੁਹਾਡਾ ਪੰਜਾਬ ਪਲੱਸ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਦੂਜੀ ਗੱਲ, ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਖੁਦ ਨੂੰ ਕੌਨਫੀਡੈਂਸ ਨਹੀਂ ਸੀਗਾ ਵੀ ਅਸੀਂ ਉੱਥੇ, ਸਾਨੂੰ ਇਹ ਤਾਂ ਸੀਗਾ ਵੀ ਸਰਿੰਗ ਦੇ ਵਿੱਚ ਅਸੀਂ ਚਾ ਵੜਾਂਗੇ, ਸਾਨੂੰ ਇੱਦਾਂ ਦੀ ਨਹੀਂ ਲੱਗ ਰਿਹਾ ਸੀ ਕੌਨਫੀਡੈਂਸ ਵੀ ਸਾਡੀ ਫਸਟ ਪੁਜੀਸ਼ਨ ਆ ਜੂਗੀ। ਸਾਨੂੰ ਬਰੀਡ ਦੇ ਵਿੱਚ ਕਾਫੀ 10-10 ਸਾਲ ਤੋਂ ਪਿਛਲੇ ਕੰਮ ਕਰ ਰਹੇ ਹਾਂ, ਅਤੇ ਮੈਂ ਇੱਕ ਮੁਕਤਸਰ ਡਿਸਟ੍ਰਿਕਟ ਦੇ ਵਿੱਚ ਮਿੱਠੜੀ ਬਿੱਧਗੜ ਪਿੰਡ ਹੈ ਜ਼ਿਲ੍ਹਾ ਸਾਡਾ ਮੁਕਤਸਰ ਡਿਸਟ੍ਰਿਕਟ ਪੈ ਜਾਂਦਾ, ਅਤੇ ਮੇਰੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਆ ਵੀ ਸਾਡਾ ਨਾਮ ਪਿੰਡ ਦਾ ਇੰਟਰਨੈਸ਼ਨਲ ਲੈਵਲ 'ਤੇ ਪਹੁੰਚ ਗਿਆ, ਅਤੇ ਮੇਰੇ ਲਈ ਵੀ ਬੜੀ ਮਾਣ ਵਾਲੀ ਗੱਲ ਆ ਵੀ ਅਸੀਂ ਰਿੰਗ ਵਿੱਚ ਫਸਟ ਟਾਈਮ ਗਏ ਅਤੇ ਅਸੀਂ ਫਸਟ ਟਾਈਮ ਹੀ ਫਸਟ ਪੁਜੀਸ਼ਨ ਲੈ ਕੇ ਆਏ ਹਾਂ ਜੀ। ਵੀਰ ਜੀ, ਜਿਸ ਤਰੀਕੇ ਨਾਲ ਹੌਸਲਾ ਵਧਿਆ, ਅਸੀਂ ਸੋਚੀਏ ਵੀ ਅਗਲੀ ਵਾਰੀ ਰਿੰਗਸ ਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜਾ ਹੈਗਾ ਉਤਾਰਿਆ ਜਾਊਗਾ। ਬਿਲਕੁਲ ਜੀ, ਹਰ ਕੌਨਫੀਡੈਂਸ ਹੁੰਦਾ ਬੰਦੇ ਦਾ, ਜੇ ਅਸੀਂ ਇਸ ਵਾਰ ਸਾਡਾ ਕੌਨਫੀਡੈਂਸ ਲੋਅ ਹੋ ਜਾਂਦਾ ਤਾਂ ਹੋ ਸਕਦਾ ਸੀ ਇਹਨਾਂ ਦੀ ਕੀ ਲੈਣ ਜਾਵਾਂਗੇ। ਹੁਣ ਸਾਨੂੰ ਇੱਦਾਂ ਦੀ ਐਕਸਾਈਟਮੈਂਟ ਆ ਵੀ ਨੈਕਸਟ ਮੇਲਾ ਕਿੱਥੇ ਹੋ ਰਿਹਾ, ਵੀ ਕਿੱਥੇ ਹੋ ਰਿਹਾ, ਅਸੀਂ ਉਸ ਜਲਦ ਤੋਂ ਜਲਦ ਉਸ ਮੇਲੇ 'ਚ ਜਾਈਏ ਤਾਂ ਫਿਰ ਅਸੀਂ ਇੱਕ ਵਾਰੀ ਫਸਟ ਵੀ ਆਉਣ ਵਾਲੇ ਸਾਲ ਜੀ ਦੇਖਦੇ ਹਾਂ। ਅੱਜ ਤੇ ਇੱਕ ਲੈ ਗਏ ਸੀ, ਆਉਣ ਵਾਲੇ ਸਾਲ 10-15 ਐਨੀਮਲ ਉਤਾਰਾਂਗੇ ਅਤੇ ਸਾਡਾ ਹੋਰ ਬਰੀਡ ਦੇ ਵਿੱਚ ਕੌਨਫੀਡੈਂਸ ਲੈਵਲ ਅਪ ਹੋ ਗਿਆ ਵੀ ਸਾਨੂੰ ਇੱਕ ਮਾਣ ਆਪਦੇ ਉੱਪਰ ਅਤੇ ਮਾਣ ਹੋ ਗਿਆ ਵੀ ਸਾਡੀਆਂ ਨਜ਼ਰਾਂ ਕੰਮ ਕਰਦੀਆਂ। ਵੀਰ ਜੀ, ਗੁਰਵਿੰਦਰ ਡੈਰੀ ਫਾਰਮ ਜਦੋਂ ਨਾਂ ਲੈਂਦੇ ਹੈਗੇ ਆ ਤਾਂ ਚਾਹੇ ਉਹ ਗੁਜਰਾਤ ਆ, ਚਾਹੇ ਉਹ ਰਾਜਸਥਾਨ ਆ, ਚਾਹੇ ਉਹ ਮੱਧ ਪ੍ਰਦੇਸ਼ ਹੈਗਾ, ਦੂਰ ਦੂਰ ਤੱਕ ਫੈਲਿਆ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਤੁਸੀਂ ਜਿਸ ਤਰੀਕੇ ਦੇ ਨਾਲ ਅੱਜ ਜਦੋਂ ਅਸੀਂ ਆਉਂਦੇ ਹਾਂ ਵਪਾਰੀ ਬੈਠੇ ਹੁੰਦੇ ਆ ਔਰ ਕਿਸੇ ਨੇ 20 ਪੰਜਾਂ ਲੈਣੀਆਂ, ਕਿਸੇ ਨੇ 20 ਗਊਆਂ ਲੈਣੀਆਂ, ਕੀ ਕਹਿਣਾ ਚਾਹੋਗੇ ਕਿ ਇੱਕ ਪਿੰਡ 'ਚ ਬਹਿ ਕੇ ਸਟਾਰਟ ਕੀਤਾ ਔਰ ਅੱਜ ਇੱਕ ਬ੍ਰਾਂਡ ਹੋ? ਬਿਲਕੁਲ ਜੀ, ਮੇਰੇ ਫਾਦਰ ਸਾਹਿਬ ਫੈਲੋ ਦਾ ਕਰਦੇ ਸੀ ਪਰ ਮੈਂ ਉਹਨਾਂ ਤੋਂ ਅਲੱਗ ਕੁਛ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਗਾਈਆਂ ਦੇ ਵਿੱਚ ਆਇਆ ਅਤੇ ਮੈਂ ਸ਼ੁਰੂ 'ਚ ਵਿੱਚ ਡਰਦਾ ਵੀ ਹੁੰਦਾ ਸੀ ਵੀ ਕਿੱਦਾਂ ਹੋਊਗਾ ਕਿੱਦਾਂ ਨਹੀਂ ਹੋਊਗਾ, ਪਰ ਜਿਵੇਂ ਜਿਵੇਂ ਡੇ ਬਾਈ ਡੇ ਚੱਲਦੇ ਰਹੇ, ਡੇ ਬਾਈ ਡੇ ਬਰੀਡ ਦੇ ਵਿੱਚ ਪਹੁੰਚਦੇ ਗਏ, ਡੇ ਬਾਈ ਡੇ ਐਗਜੀਬਿਸ਼ਨ ਦੇ ਵਿੱਚ ਮੈਂ ਕਿਸੇ ਟਾਈਮ ਬੱਸ ਦੇ ਉੱਪਰ ਚੜ੍ਹ ਕੇ ਜਾਂਦਾ ਸੀਗਾ ਜੀ, ਅਤੇ ਮੈਨੂੰ ਇੱਕ ਜਜ਼ਬਾ ਸੀਗਾ ਵੀ ਉੱਥੋਂ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ, ਪਰ ਕਦੇ ਇਹ ਨਹੀਂ ਸੋਚਿਆ ਸੀ ਵੀ ਅਸੀਂ ਵੀ ਇਸ ਰਿੰਗ ਦੇ ਵਿੱਚ ਫਸਟ ਆਵਾਂਗੇ, ਪਰ ਇਹ ਫਸਟ ਆਉਣ 'ਤੇ ਬੜਾ ਮਾਣ ਮਹਿਸੂਸ ਵਾਲੀ ਗੱਲ ਹੋ ਜਾਂਦੀ ਹੈ ਜੀ। ਬਹੁਤ ਵੱਡੇ ਲੈਵਲ ਦਾ ਫੰਕਸ਼ਨ ਸੀਗਾ ਜਿਹੜੇ ਕਿ ਕੈਨੇਡਾ ਤੋਂ ਗੋਰੇ ਆ ਕੇ ਜੱਜ ਕਰਨਾ, ਪੰਜਾਬੀ ਬੰਦੇ ਨੂੰ ਤਾਂ ਹੋ ਸਕਦਾ ਆਪਾਂ ਜੱਜ ਘੱਟ ਹੋਵੇ, ਪਰ ਉਹਨਾਂ ਕੋਲ 500-500 ਗਾ ਦੇ ਫਾਰਮ ਸੀਗੇ ਖੁਦ ਦੇ, ਉਹਨਾਂ ਨੇ ਪੂਰਾ 35 ਐਨੀਮਲ ਦੇ ਵਿੱਚੋਂ ਕੱਟਦੀ ਹੋਈ ਕੱਟਦੀ ਹੋਈ ਕੱਟਦੀ ਹੋਈ ਮੈਨੂੰ ਪਹਿਲਾਂ ਟੌਪ 10 ਦੇ ਵਿੱਚ ਜੋ ਪਹੁੰਚਿਆ ਸੀ
ਮੈਨੂੰ ਇੱਦਾਂ ਸੀਗਾ ਵੀ ਮੇਰੀ ਗਾਂ ਵੀ ਪਹਿਲੇ ਦੂਜੇ ਪੋਜੀਸ਼ਨ ਨੂੰ ਛੱਡੋ, ਮੈਨੂੰ ਪੰਜਵਾਂ ਛੇਵਾਂ ਮਿਲ ਜਾਓ, ਮੇਰੇ ਲਈ ਕਾਫੀ ਹੈ, ਮੈਂ ਫਸਟ ਟਾਈਮ ਹੈ। ਪਰ ਇਹੋ ਜਿਹੀ ਮਿਹਰ ਹੋਈ ਮਾਲਕ ਦੀ ਤਾਂ ਉਹ ਫਸਟ ਪੋਜੀਸ਼ਨ ਲੈ ਕੇ ਆਈ ਹੈ ਜੀ। ਵੀਰ ਜੀ, ਬੜੀ ਉਤਸ਼ਾਹ ਤੁਹਾਡੇ ਤੋਂ ਮਿਲ ਰਿਹਾ ਹੈਗਾ ਲੋਕਾਂ ਨੂੰ, ਔਰ ਉਹਨਾਂ ਦਾ ਕੌਨਫੀਡੈਂਸ ਵੀ ਵੱਧ ਰਿਹਾ। ਕੀ ਕਹਿਣਾ ਚਾਹੋਗੇ ਪੀ ਡੀ ਐਫ ਦਾ ਪਲੇਟਫਾਰਮ ਜਿਹਦੇ 'ਤੇ ਤੁਸੀਂ ਜਿੱਤ ਕੇ ਆਏ ਹੋ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਅਰੇਂਜਮੈਂਟ ਐਤਕੀ ਮਤਲਬ ਬਹੁਤ ਹੀ ਸ਼ਰਾਨਿਆ ਸੀਗਾ, ਅਬਾਊਟ ਮੇਰਾ ਖਿਆਲ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ 25 ਮੇਰਾ ਖਿਆਲ ਆ 15-20 ਹਜ਼ਾਰ ਲੋਕ ਜਿਹੜੇ ਹੈਗੇ ਆ ਉਹਨੇ ਮੇਲੇ ਨੂੰ ਮੇਰਾ ਖਿਆਲ ਵਾਚ ਕਰ ਰਹੇ ਸੀਗੇ, ਔਰ ਲੋਕਾਂ ਦੇ ਸਟਾਲਾਂ ਜਿਹੜੀਆਂ ਹੈਗੀਆਂ ਦੂਰ ਦੂਰ ਲੱਗੀਆਂ ਸੀ। ਬਿਲਕੁਲ ਜੀ, ਅਗਰ ਉਹਦੇ ਵਿੱਚ ਮੇਲੇ ਦੇ ਵਿੱਚ ਜਾਂਦੇ ਸੀ, ਪਹਿਲਾਂ ਤਾਂ ਕਹਿੰਦੇ ਸੀ ਆਪਾਂ ਫੋਰਨ ਟੱਚ ਦੇਣੇ ਹਾਂ, ਪਰ ਜਦੋਂ ਮੇਲੇ ਦੇ ਵਿੱਚ ਇੰਟਰ ਕਰਦੇ ਸੀਗੇ ਨਾ, ਜਦੋਂ ਐਂ ਲੱਗਦਾ ਸੀ ਕਿਸੇ ਫੋਰਨ ਦੇ ਵਿੱਚ ਆਪਾਂ ਪਹੁੰਚ ਗਏ, ਜਦੋਂ ਵਿੱਚ ਪੈਰ ਰੱਖਦੇ ਸੀ ਕਿਸੇ ਫੋਰਨ ਦੇ ਵਿੱਚ। ਇਸ ਵਾਰ ਤਾਂ ਉਹਨਾਂ ਨੇ ਪੀ ਡੀ ਐਫ ਏ ਸੰਸਥਾ, ਬਹੁਤ ਵੱਡੀ ਸੰਸਥਾ, ਬਹੁਤ ਵਧੀਆ ਪ੍ਰਧਾਨ ਜੀ ਉਹਨਾਂ ਦੇ, ਹੋਰ ਮੈਂਬਰ ਸਭਾ ਨਾਲ ਜਿਨ੍ਹਾਂ ਨਾਲ ਗੱਲਾਂ ਬਾਤਾਂ ਹੋਈਆਂ, ਪਰ ਉਹਨਾਂ ਨੇ ਜਿਹੜਾ ਰਿੰਗ ਤਿਆਰ ਕੀਤਾ ਸੀ ਉਹ ਵੀ ਇਸ ਟਾਈਮ ਫੋਰਨ ਨੂੰ ਟੱਚ ਦੇ ਰਿਹਾ ਸੀਗਾ, ਬਿਲਕੁਲ ਫੋਰਨ ਟਾਈਪ। ਬੈਠ ਕੇ ਬੜੀ ਫੀਲਿੰਗ ਸੀ, ਲੋਕਾਂ ਨੂੰ ਬੈਠਣ ਲਈ ਉੱਥੇ ਪਲੇਸ ਨਹੀਂ ਮਿਲਿਆ, ਐਡਾ ਵਧੀਆ ਵੀ ਜਜ਼ਬਾ ਸੀ ਸਾਰਿਆਂ ਦੇ ਵਿੱਚ ਜਜ਼ਬਾ ਸੀ। ਬਾਕੀ ਹਰ ਚੀਜ਼ ਲਈ ਪਹਿਲਾਂ ਇਹਨੂੰ ਛੋਟੇ ਦਰਜੇ ਦੇ ਲੈਵਲ ਦੇ ਉੱਤੇ ਸਮਝਿਆ ਜਾਂਦਾ ਸੀ ਇੱਕ ਫਾਰਮਿੰਗ ਦੇ ਵਿੱਚ। ਅਗਰ ਹਮਾਰੀ ਸਾਡੀ ਰੈਪੂਟੇਸ਼ਨ ਕੀ ਹੈ ਵੀ ਗਾਈਆਂ ਰੱਖਦੇ ਹਾਂ, ਇੱਕ ਫਾਰਮ ਰੱਖਦੇ ਹਾਂ ਗਾਈਆਂ, ਇੱਕ ਗੌਰਮੈਂਟ ਜੋਬ ਵਾਲੇ ਨੂੰ ਪਹਿਲ ਦਿੱਤੀ ਜਾਂਦੀ ਸੀਗੀ, ਪਰ ਇੱਕ ਗਾਈਆਂ ਵਾਲੇ ਨੂੰ ਪਛਾਣ ਛੱਡਿਆ ਜਾਂਦਾ ਸੀ। ਪਰ ਅੱਜ ਦੇ ਸਮੇਂ 'ਚ ਉਲਟ ਹੋ ਗਿਆ ਜੀ, ਗੌਰਮੈਂਟ ਜੋਬ ਛੱਡ ਛੱਡ ਕੇ ਲੋਕ ਫਾਰਮਿੰਗ ਦੇ ਧੰਦੇ ਦੇ ਵਿੱਚ ਆ ਰਹੇ ਆ, ਕਿਉਂਕਿ ਇਹ ਬਹੁਤ ਵੱਡੇ ਲੈਵਲ ਦਾ ਰੈਂਕ ਹੈ, ਇਹ ਬਹੁਤ ਵੱਡੇ ਲੈਵਲ ਦਾ, ਕਿਉਂਕਿ ਬਹੁਤ ਵੱਡੇ ਲੈਵਲ ਤੱਕ ਇਹਨਾਂ ਦਾ ਨਾਮ ਹੈ, ਬਹੁਤ ਵੱਡੇ ਲੈਵਲ ਤੱਕ ਸਾਡੇ ਕੋਲ ਸਟੇਟਾਂ ਆਉਂਦੀਆਂ ਜਿਹੜੀਆਂ ਕਿ ਇਹਨਾਂ ਦੇ ਰਾਹੀਂ ਸਾਡੇ ਕੋਲ ਆਈ ਪੀ ਐੱਸ ਔਫੀਸਰ ਅਦਰ ਸਟੇਟਾਂ ਤੋਂ ਆਉਂਦੇ ਆ ਜੀ, ਇਹਨਾਂ ਦੇ ਰਾਹੀਂ ਸਾਡੇ ਕੋਲ ਡਾਇਰੈਕਟਰ ਆਉਂਦੇ ਅਦਰ ਸਟੇਟਾਂ ਤੋਂ ਐਨੀਮਲ ਲੈਣ ਲਈ, ਤਾਂ ਉਹ ਇਹਨਾਂ ਦੇ ਰਾਹੀਂ ਗਾਈਆਂ ਦੇ ਰਾਹੀਂ ਜਾਣ ਪਛਾਣ ਹੋਈ ਹੈ ਜੀ। ਅਗਰ ਅਸੀਂ ਇਹਨਾਂ ਦੇ ਵਿੱਚ ਨਾ ਹੁੰਦੇ ਤਾਂ ਨਾ ਹੀ ਸਾਡੇ ਅੱਡੇ ਲੈਵਲ 'ਤੇ ਜਾਣ ਪਛਾਣ ਹੋਣੀ ਸੀ, ਨਾ ਹੀ ਅਸੀਂ ਅੱਜ ਇੱਥੇ ਆਉਣਾ ਸੀਗਾ ਜੀ। ਬਹੁਤ ਮਿਹਨਤ ਕਰਕੇ ਅੱਗੇ ਆਏ ਹਾਂ ਜੀ। ਬਾਕੀ ਕਿਸਾਨੀ ਹੈ ਜਿਹੜੀ, ਕਿਸਾਨੀ ਦੇ ਨਾਲ ਇੱਕ ਸਾਈਡ ਬਿਜ਼ਨਸ ਇੱਕ ਫਾਰਮਿੰਗ ਹੀ ਹੈ। ਅਗਰ ਅਸੀਂ ਕੋਈ ਵੀ ਫਸਲ ਬੀਜਦੇ ਹਾਂ, ਉਹ ਆਪਾਂ ਇੱਕ ਡਿਪੈਂਡ ਰਹਿੰਦੇ ਹਾਂ ਵੀ 6 ਮਹੀਨਿਆਂ ਬਾਅਦ ਆਉਂਦੀ ਆ, ਬਾਰਿਸ਼ ਵੀ ਪੈ ਸਕਦੀ ਹੈ, ਗੜੇ ਵੀ ਪੈ ਸਕਦੇ ਆ, ਪਰ ਇਹਦੇ ਵਿੱਚ ਕੋਈ ਗੜੇ ਨਹੀਂ ਪੈਂਦੇ ਜੀ, ਕੋਈ ਬਾਰਿਸ਼ ਨਹੀਂ ਪੈਂਦੀ, ਡੇਲੀ ਦੀ ਜੋ ਜਿਹੜੀ ਤੁਹਾਡੀ ਮਿਲਕਿੰਗ ਦੀ ਇਨਕਮ ਆ ਤੁਹਾਡੀ ਜੇਬ ਦੇ ਵਿੱਚ ਹੋਣੀ ਹੈ, ਅਤੇ ਡੇਲੀ ਦਾ ਪੈਸਾ ਤੁਹਾਡੇ ਕੋਲ ਹੋਣਾ ਜੀ। ਅਤੇ ਇਸ ਤੋਂ ਇੱਕ ਛੋਟੇ ਫਾਰਮਰ ਜਾਂ ਵੱਡੇ ਫਾਰਮਰ ਨੂੰ ਇਸ ਤੋਂ ਸਾਈਡ ਬਿਜ਼ਨਸ, ਇਸ ਤੋਂ ਸਿਵਾਏ ਕੋਈ ਸਾਈਡ ਬਿਜ਼ਨਸ ਨਹੀਂ ਹੈ। ਅਤੇ ਜਿਸ ਦਿਨ ਆਪਾਂ ਇਸ ਵਿੱਚ ਰੱਖ ਲਿਆ, ਊਚ ਨੀਚ ਜ਼ਰੂਰ ਦੇਖਣੀ ਪੈਂਦੀ ਹੈ ਸਟਾਰਟਿੰਗ ਦੇ ਵਿੱਚ, ਜਦੋਂ ਤੁਸੀਂ ਥੋੜ੍ਹਾ ਜਿਹਾ ਅੱਗੇ ਜਾਂਦੇ ਰਹੇ ਤਾਂ ਤੁਹਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪੈਣੀ, ਕਿਉਂਕਿ ਗਾਂ ਦੀ ਕੀਮਤ ਹੈ ਐਕਚੁਅਲ ਦੇ ਵਿੱਚ ਇਸ ਟਾਈਮ 2 ਤੋਂ 2.5 ਲੱਖ ਰੁਪਏ ਹੋਈ ਪਈ ਹੈ ਟੌਪ ਬਰੀਡ ਦੀ। ਆਉਣ ਵਾਲੇ ਸਮੇਂ ਦੇ 4 ਤੋਂ 5 ਲੱਖ ਰੁਪਏ ਦੇ ਵਿੱਚ ਗਾਈਆਂ ਹੋਣੀਆਂ, ਅਤੇ ਉਸ ਟਾਈਮ ਸਮਾਂ, ਅੱਜ ਕੱਲ੍ਹ ਜਿਹੜੇ ਕੈਨੇਡਾ ਨੂੰ ਜਾ ਰਹੇ ਆ, ਫੋਰਨ ਜਾ ਰਹੇ, ਉਹਨਾਂ ਕੋਲ ਸਮਾਂ ਵੀ ਉਹਨੂੰ ਰੋਕ ਕੇ ਇੱਥੇ ਹੀ ਆਪਣੇ ਇੰਡੀਆ ਦੇ ਵਿੱਚ ਹੀ, ਪੰਜਾਬ ਦੇ ਵਿੱਚ ਹੀ ਮਿਹਨਤ ਕੀਤੀ ਜਾਵੇ ਤਾਂ ਅਸੀਂ ਕੈਨੇਡਾ ਨੂੰ ਫਿਲ ਕਰ ਸਕਦੇ ਹਾਂ। ਅੱਜ ਸਮਾਂ ਖੋਲਿਆ ਤਾਂ ਉਹ ਸਮਾਂ ਵਾਪਸ ਨਹੀਂ ਆਉਣਾ ਆਪਣੇ ਕੋਲ, ਤੁਸੀਂ ਇਹ ਸਮੇਂ ਨੂੰ ਕੈਚਿੰਗ ਕਰੋ, 2-4-5 ਗਾਈਆਂ ਤੋਂ ਰੱਖ ਕੇ ਸਟਾਰਟ ਕਰੋ। ਕੈਨੇਡਾ ਤਾਂ ਆਪਣੇ ਹੱਥ 'ਚ, ਜੇਕਰ ਨਹੀਂ ਛੁੱਟੇ ਹੋਲ ਬੰਦਾ ਚੜੇ ਜਾਓ, ਤੁਹਾਡੇ ਕੋਲ ਸਟੱਡੀ ਹੈਗੀ ਆ, ਪਰ ਇੱਥੇ ਮਿਹਨਤ ਕਰਕੇ ਕੁਛ ਨਾਮ ਬਣਾਓ। ਅੱਜ ਮੈਂ ਨਾਮ ਬਣਾਇਆ ਤਾਂ ਉੱਥੇ ਰਿੰਗ ਦੇ ਵਿੱਚ ਮੇਰੇ ਕੋਲ ਅਦਰ ਸਟੇਟਾਂ ਦੇ ਨਾਲ ਫਾਰਮਰ ਸੀਗੇ, ਮੇਰੇ 'ਚ ਫੋਟੋ ਮਾਰ ਕੇ ਚਾਹੁੰਦੇ ਸੀ। ਜੇ ਮੈਂ ਉਹੀ 15-20 ਲੱਖ ਮੈਂ ਕੈਨੇਡਾ ਚਲਾ ਜਾਂਦਾ, ਉੱਥੇ ਮੇਰੇ ਨਾਲ ਕਿਹਨੇ ਫੋਟੋ ਮਾਰ ਖਿਚਾਉਣੀਆਂ ਸੀ? ਤੋ ਇਹ ਗੱਲਾਂ ਹੋ ਜਾਂਦੀਆਂ ਜੀ। ਨਾਮ ਵੀ ਬਣਦਾ ਬੰਦੇ ਦਾ ਫਾਰਮਿੰਗ ਦੇ ਵਿੱਚ। ਹੁਣ ਗੁਰਵਿੰਦਰ ਡੇਅਰੀ ਫਾਰਮ ਹੋਈ ਹੈ ਜੀ, ਤੁਸੀਂ ਨਾਮ ਸੁਣ ਕੇ ਆਏ, ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ। ਪਰ ਹਰ ਨੌਜਵਾਨ ਨੂੰ, ਯੰਗ ਏਜ ਨੂੰ ਕਹਿਣਾ ਚਾਹੂੰਗਾ ਵੀ ਫੋਰਨ ਨੂੰ ਛੱਡ ਕੇ ਆਪਣੇ ਇੱਥੇ ਇੱਕ ਬਹੁਤ ਵੱਡੇ ਲੈਵਲ ਦਾ, ਆਪਣੇ ਲੈਵਲ ਦਾ ਰੈਂਕ ਹਾਸਲ ਕਰ ਸਕਦੇ ਹੋ। ਫਾਰਮਾਂ ਦਾ ਨਾਮ ਟੌਪ ਲੈਵਲ 'ਤੇ ਪਹੁੰਚ ਜਾਂਦਾ, ਉਹ ਜਿਹੜੀ ਫਸਟ ਗਾਏ ਆਈ ਹੈ, ਜਿਹਨੇ ਟਰੈਕਟਰ ਵਿਨਰ ਰਹੀ ਹੈ ਮਿਲਕਿੰਗ ਦੇ ਵਿੱਚ, ਅੱਜ ਕੱਲ੍ਹ ਉਹਨਾਂ ਦਾ ਟੌਪ ਨਾਮ 'ਤੇ ਆ, ਉਹਦਾ ਸਟੇਟਸ ਬਣ ਜਾਣਾ ਵੀ ਅੱਜ ਤੋਂ ਬਾਅਦ ਉਹਨਾਂ ਦੇ ਫਾਰਮ ਦਾ ਹਾਈ ਲੈਵਲ ਬਣ ਜਾਣਾ, ਬਹੁਤ ਵੱਡੇ ਲੈਵਲ 'ਤੇ ਚਲੇ ਜਾਣੀ ਗੱਲ ਜੀ। ਬਹੁਤ ਮਾਣ ਮਹਿਸੂਸ ਵਾਲੀ ਗੱਲ ਹੈ ਜੀ, ਏਰੀਏ ਲਈ ਮਾਣ ਮਹਿਸੂਸ, ਮੁਕਤਸਰ ਡਿਸਟ੍ਰਿਕਟ ਦੇ ਵਿੱਚ ਮੇਰਾ ਸਾਡੀ
ਗਾਂ ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਦੋ ਦੰਦ ਦੇ ਵਿੱਚ ਪਹਿਲੇ ਨੰਬਰ 'ਤੇ ਆਈ ਹੈ ਜੀ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕਸ ਕਰਦੇ ਹਾਂ ਜੀ। ਅਤੇ ਸਾਰੇ ਵੀਰਾਂ ਨੂੰ ਕਹਿਣਾ ਚਾਹੂੰਗਾ ਵੀ ਫਾਰਮਿੰਗ ਦੇ ਨਾਲ ਜੁੜੋ, ਸਾਈਡ ਵਾਲਾ ਨਾ ਦੇਖੋ, ਆਪਣੇ ਰਿਲੇਟਿਵ ਨਾ ਦੇਖੋ ਵੀ ਉਹ ਆਪਾਂ ਨੂੰ ਕੀ ਕਹਿ ਰਹੇ ਆ, ਤੁਸੀਂ ਆਪਦਾ ਦੇਖੋ ਵੀ ਕੀ ਕਰਨਾ ਚਾਹੁੰਦੇ। ਜਜ਼ਬਾ ਹੋਣਾ ਚਾਹੀਦਾ ਬੰਦੇ ਦੇ ਵਿੱਚ। ਅੱਜ ਸਾਡੇ ਜਜ਼ਬਾ ਸੀਗਾ, ਅਸੀਂ ਇਸ ਲੈਵਲ 'ਤੇ ਪਹੁੰਚ ਗਏ। ਮੈਂ ਨਹੀਂ ਦੇਖਿਆ ਵੀ ਮੇਰੇ ਰਿਸ਼ਤੇਦਾਰ, ਮੈਂ ਗੌਰਮੈਂਟ ਜੋਬ 'ਤੇ ਅਤੇ ਮੈਂ ਉਹਨਾਂ ਨੂੰ ਦੇਖਦੇ ਹੋਏ ਮੈਂ ਬਿਜ਼ਨਸ ਕਰੂੰਗਾ ਵੀ ਇਸ ਲੈਵਲ 'ਤੇ ਕਰੂੰਗਾ, ਵੀ ਮੈਨੂੰ ਕਹਿਣਗੇ ਵੀ ਗੋਬਰ ਦਾ ਬਿਜ਼ਨਸ ਕਰਦਾ। ਮੈਂ ਇਹ ਚੀਜ਼ ਨਹੀਂ ਦੇਖੀ ਸੀ, ਮੈਂ ਇਹੀ ਦੇਖੀ ਸੀ ਵੀ ਇੱਕ ਨਾ ਇੱਕ ਦਿਨ ਉਹਨਾਂ ਇੱਕ ਨਾਮ ਕਮਾਉਣਾ, ਵੱਡੇ ਲੈਵਲ 'ਤੇ ਬਿਜ਼ਨਸ ਲੈ ਕੇ ਜਾਣਾ, ਅਤੇ ਅੱਜ ਉਹ ਪਹੁੰਚ ਗਿਆ ਸੀ। ਥੈਂਕ ਯੂ, ਥੈਂਕ ਯੂ।